प्यारे दोस्तों, पंज दरिया दे मंच ते तुहाडा हार्दिक स्वागत है। तुहाडे नाल अज शमशील सिंह सोढ़ी दी कहानी बटुआ पेश करन दी खुशी लै रहे हैं। मालवे दी धरती श्री मुक्तसर साहिब जम्मे शमशील सिंह सोढ़ी बेशक चंडीगढ़ वर्गे पत्थरां दे शहर च वसदे ने, पर इंसानी दिल उन्हां दा अजे भी उन्ना ही कोमल है। बेशक ओह अंग्रेजी विषय दे अध्यापक ने, पर पंजाबी विषय ते पकड़ उन्हां दी बहुत ज़्यादा। वो अपने लेखां, कहानियां, कवितावां राहीं साहित्यक जगत दे विच सरगर्म ने, ते नाल दी नाल ही बहुत सारियां फिल्मां दे विच भी अपना बनदा सरदा योगदान पाउण जा रहे ने। पेश है उन्हां दी एक बहुत ही दिल टुंबवीं कहानी बटुआ। उम्मीद करदे हां कि तुसीं पसंद करोगे। कहानी बटुआ विच शमशील सिंह सोढ़ी लिखदे ने कि नंबरदार सरदार बख्तावर सिंह की खुली डोली हवेली की बाहरली बैठक विच पिंड वालियां वास्ते चार पांच कुर्सियां हमेशा लगियां ही दिखदियां। बैठक विच पिंड दे लोकां वास्ते पीण लई पानी दे प्रबंध लई पानी वाली टैंकी च बर्फ पई रहिंदी, ते नंबरदार ने इस नवेकली सेवा संबंधी एक सुखवंत नां दे नौजवान नूं रख्या होया सी, जिहड़ा कि नंबरदार साहिब नूं मिलण आए लोकां लई पानी पिउण दे नाल नाल हवेली दी बैठक दे नाल लगदी छोटी जी रसोई विच चाह पानी दा प्रबंध भी करदा। अज नंबरदार बख्तावर सिंह दा अकलौता मुंडा अरजिंदर सिंह अपने पिता दा इसे बाहरली बैठक विच बनी अलमारी विचले खाने दी नुक्कर ते रखे छोटे जे संदूक विचों एक पुराने हरे रंग दे बटुए नूं बड़ी गौ नाल देख रहा सी। उहनूं याद आ रहा सी जदों निक्के हुंदिआं बापू तों कदे कदाई जेब खर्च मंगदा ਤਾਂ ਬਾਪੂ ਵੀ ਪੁੱਤ ਨੂੰ ਜੇਬ ਖਰਚ ਚਾਈ ਚਾਈ ਦਿੰਦਾ, ਤੇ ਬਾਪੂ ਕੋਲੋਂ ਪੈਸੇ ਮੰਗਦਿਆਂ ਦੇਖ ਰਜਿੰਦਰ ਦੀ ਮਾਂ ਬੜੀ ਖੁਸ਼ੀ ਮਹਿਸੂਸ ਕਰਦੀ। ਰੱਬ ਦਾ ਸ਼ੁਕਰ ਮਨਾਉਂਦਿਆਂ ਅਕਸਰ ਸੋਚਦੀ ਕਿ ਉਹਦਾ ਲਾਡਲਾ ਪੁੱਤਰ ਵੱਡਾ ਹੋ ਕੇ ਵੀ ਇਸੇ ਤਰ੍ਹਾਂ ਆਗਿਆਕਾਰੀ ਰਹੇ। ਇਹਨਾਂ ਯਾਦ ਭਰੇ ਪਲਾਂ ਚੋਂ ਬਾਹਰ ਆਉਂਦਿਆਂ ਜਦੋਂ ਉਹ ਬਟੂਆ ਬੈਠਕ ਵਿੱਚ ਡਾਹੇ ਮੇਜ਼ ਉੱਤੇ ਰੱਖ ਕੇ ਬੈਠਕ ਦੇ ਬਾਹਰਲੇ ਦਰਵਾਜ਼ੇ ਨੂੰ ਤਾਲਾ ਲਾ ਕੇ ਅਜੇ ਹਵੇਲੀ ਵੱਲ ਨਹਾਉਣ ਜਾ ਰਿਹਾ ਸੀ, ਤਾਂ ਅਚਾਨਕ ਉਹਨਾਂ ਦੀ ਹਵੇਲੀ 'ਚ ਕੰਮ ਕਰਦਾ ਨੌਕਰ ਸੁਖਵੰਤ ਬੋਲਿਆ, ਬਾਈ ਜੀ, ਤੁਹਾਡੇ ਸਕੂਲ ਦੇ ਮੁਖੀ ਨਰਿੰਦਰ ਰਾਏ ਤੁਹਾਡਾ ਪਤਾ ਲੈਣ ਆਏ ਆ, ਉਹ ਬਾਹਰ ਖੜੇ ਨੇ। ਸੁਖਵੰਤ ਦੀ ਗੱਲ ਸੁਣ ਕੇ ਰਜਿੰਦਰ ਬੋਲਿਆ, ਸੁਖਵੰਤ ਆ ਚਾਬੀ ਚੱਕ ਅਤੇ ਉਹਨਾਂ ਨੂੰ ਅੰਦਰ ਬੁਲਾ ਲੈ, ਉਹਨਾਂ ਲਈ ਚਾਹ ਪਾਣੀ ਦਾ ਪ੍ਰਬੰਧ ਵੀ ਕਰ। ਸੁਖਵੰਤ ਨੇ ਰਜਿੰਦਰ ਦੇ ਸਕੂਲ ਦੇ ਮੁਖੀ ਨਰਿੰਦਰ ਰਾਏ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਬਾਹਰਲੀ ਬੈਠਕ ਵਿੱਚ ਬੈਠਣ ਲਈ ਕਿਹਾ। ਕੁਝ ਚਿਰ ਮਗਰੋਂ ਰਜਿੰਦਰ ਸਿੰਘ ਵਾਪਸ ਬੈਠਕ ਵੱਲ ਆਇਆ। ਰਜਿੰਦਰ ਸਿੰਘ ਉਸੇ ਸਕੂਲ ਵਿੱਚ ਸਰਕਾਰੀ ਮਾਸਟਰ ਵਜੋਂ ਨੌਕਰੀ ਕਰ ਰਿਹਾ ਸੀ, ਜਿਹਦਾ ਮੁਖੀ ਉਹਦੇ ਕਾਫੀ ਦਿਨਾਂ ਤਾਈਂ ਬਿਮਾਰ ਰਹਿੰਦਿਆਂ ਛੁੱਟੀ ਤੇ ਹੋਣ ਕਰਕੇ ਫਿਕਰਮੰਦ ਹੁੰਦਿਆਂ ਉਹਦਾ ਪਤਾ ਲੈਣ ਆਇਆ ਸੀ। ਰਜਿੰਦਰ ਸਿੰਘ ਨੇ ਬੜੇ ਸਤਿਕਾਰ ਨਾਲ ਸਕੂਲ ਮੁਖੀ ਨੂੰ ਜੀ ਆਇਆਂ ਕਿਹਾ। ਕੁਝ ਚਿਰ ਗੱਲਾਂ ਕਰਦਿਆਂ ਅਚਾਨਕ ਸੁਖਵੰਤ ਚਾਹ ਤੇ ਬਿਸਕੁਟ ਲੈ ਆਇਆ। ਗੱਲਾਂ ਕਰਦਿਆਂ ਕਰਦਿਆਂ ਸਕੂਲ ਮੁਖੀ ਦੀ ਨਿਗਾਹ ਉਸੇ ਬੈਠਕ 'ਚ ਇੱਕ ਕੋਨੇ 'ਤੇ ਪਈ, ਤਾਂ ਉਹਨੇ ਛੋਟੇ ਜਿਹੇ ਮੇਜ਼ 'ਤੇ ਪਏ ਕਾਫੀ ਪੁਰਾਣੇ ਹਰੇ ਰੰਗ ਦੇ ਬਟੂਏ ਬਾਰੇ ਰਜਿੰਦਰ ਨੂੰ ਪੁੱਛਿਆ। ਰਜਿੰਦਰ ਜੀ, ਜੇਕਰ ਬੁਰਾ ਨਾ ਮੰਨੋ ਤਾਂ ਗੱਲ ਪੁੱਛਾਂ। ਸਕੂਲ ਮੁਖੀ ਦੀ ਗੱਲ ਸੁਣ ਕੇ ਰਜਿੰਦਰ ਬੋਲਿਆ, ਸਰ, ਤੁਸੀਂ ਮੇਰੇ ਪਿਤਾ ਵਰਗੇ ਹੋ, ਉਮਰ 'ਚ ਵੀ ਵੱਡੇ ਹੋ, ਜੋ ਪੁੱਛਣਾ ਬਣਦਾ ਬੇਝਿਜਕ ਹੋ ਕੇ ਪੁੱਛੋ। ਰਜਿੰਦਰ ਦਾ ਜਵਾਬ ਸੁਣ ਕੇ ਸਕੂਲ ਮੁਖੀ ਬੋਲੇ, ਰਜਿੰਦਰ, ਆ ਸਾਹਮਣੇ ਪਏ ਮੇਜ਼ ਉੱਤੇ ਇੱਕ ਫਟਿਆ ਪੁਰਾਣਾ ਹਰੇ ਰੰਗ ਦਾ ਬਟੂਆ ਪਿਆ, ਲੱਗਦਾ ਬੜਾ ਸੰਭਾਲ ਕੇ ਰੱਖਿਆ ਤੁਸੀਂ। ਸਕੂਲ ਮੁਖੀ ਦੀ ਨਿਗਾਹ ਬਟੂਏ ਵੱਲ ਵੱਜੀ ਵੇਖ ਕੇ ਤੇ ਮੌਕੇ ਦੀ ਨਿਯਾਕਤ ਸਮਝਿਆ ਰਜਿੰਦਰ ਬੋਲਿਆ, ਹਾਂਜੀ ਸਰ, ਇਹ ਬਟੂਆ ਮੇਰੇ ਬਾਪੂ ਜੀ ਦੀ ਨਿਸ਼ਾਨੀ ਹੈ, ਤੇ ਅਕਸਰ ਜਦੋਂ ਮੈਨੂੰ ਉਹਨਾਂ ਦੀ ਯਾਦ ਆਉਂਦੀ ਹੈ ਨਾ ਤਾਂ ਮੈਂ ਇਹਨੂੰ ਖੋਲ੍ਹ ਕੇ ਦੇਖ ਲੈਂਦਾ। ਸਕੂਲ ਮੁਖੀ ਨੇ ਗੱਲ ਅੱਗੇ ਤੋਰਦਿਆਂ ਕਿਹਾ, ਰਜਿੰਦਰ, ਕੀ ਮੈਂ ਬਟੂਆ ਨੂੰ ਖੋਲ੍ਹ ਕੇ ਵੇਖ ਸਕਦਾ? ਇਹ ਸੁਣ ਕੇ ਰਜਿੰਦਰ ਨੇ ਸਕੂਲ ਮੁਖੀ ਨੂੰ ਬਟੂਆ ਫੜਾ ਦਿੱਤਾ। ਉਹਨਾਂ ਨੇ ਜਦੋਂ ਬਟੂਆ ਖੋਲ੍ਹ ਕੇ ਦੇਖਿਆ ਤਾਂ ਰਜਿੰਦਰ ਦੇ ਬਾਪੂ ਬੇਬੇ ਨਾਲ ਉਹਦੀ ਬਚਪਨ ਦੀ ਤਸਵੀਰ ਸੀ। ਤਸਵੀਰ ਵੇਖ ਕੇ ਰਜਿੰਦਰ ਭਾਵਕ ਹੁੰਦਿਆਂ ਬੋਲਿਆ, ਸਰ, ਮੈਂ ਇਹ ਤਸਵੀਰ ਇਸ ਲਈ ਸੰਭਾਲ ਕੇ ਇਸੇ ਬਟੂਏ 'ਚ ਰੱਖੀ ਹੈ ਤਾਂ ਜੋ ਮੈਨੂੰ ਮੇਰੇ ਬੇਬੇ ਬਾਪੂ ਰਾਹ ਦਸੇਰੇ ਬਣ ਕੇ ਰਾਹ ਦਿਖਾਉਂਦੇ ਰਹਿਣ। ਪਰਿਵਾਰ ਪਤੀ ਬਣ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਜ਼ਿੰਦਗੀ ਦਾ ਪੈਂਡਾ ਤੈਅ ਕਰਦਿਆਂ ਹੀ ਇਸ ਰੰਗਲੀ ਦੁਨੀਆਂ ਤੋਂ ਰੁਖਸਤ ਹੋਵਾਂ, ਇਹੀ ਇੱਛਾ। ਰਜਿੰਦਰ ਨੂੰ ਚੁੱਪ ਕਰਾਉਂਦੇ ਸਕੂਲ ਮੁਖੀ ਨੇ ਉਹਨੂੰ ਚੰਗੀ ਸਿਹਤ ਚਾਬੀ ਦਾ ਆਸ਼ੀਰਵਾਦ ਦਿੰਦਿਆਂ ਹੋਇਆਂ ਜਲਦੀ ਠੀਕ ਹੋ ਕੇ ਸਕੂਲ ਜੁਆਇਨ ਕਰਨ ਲਈ ਕਹਿੰਦਿਆਂ ਹੋਇਆਂ ਵਿਦਿਆ ਲਈ। ਰਜਿੰਦਰ ਦੇ ਘਰ ਤੋਂ ਵਾਪਸ ਜਾਂਦਿਆਂ ਸਕੂਲ ਮੁਖੀ ਨੂੰ ਉਹ ਸਮਾਂ ਯਾਦ ਆਇਆ ਜਦੋਂ ਰਜਿੰਦਰ ਆਪਣੇ ਬੇਬੇ ਬਾਪੂ ਦੁਆਰਾ ਹਾੜ ਅਤੇ ਸੀਤ ਰੁੱਤ ਵਿੱਚ ਕੀਤੀ ਬੇਜੋੜ ਤੇ ਬੇਰੋਕ ਸਖ਼ਤ ਮਿਹਨਤ ਦੇ ਬਲਬੂਤੇ ਪੜ੍ਹਾਈ ਕਰਨ ਤੋਂ ਬਾਅਦ
ਨਵਾਂ ਨਵਾਂ ਸਰਕਾਰੀ ਮਾਸਟਰ ਵਜੋਂ ਆਪਣੇ ਪਿੰਡ ਤੋਂ 30 ਕਿਲੋਮੀਟਰ ਦੂਰ ਪਿੰਡ ਦੇ ਸਰਕਾਰੀ ਸਕੂਲ 'ਚ ਮਾਸਟਰ ਵਜੋਂ ਨੌਕਰੀ ਲਈ ਆਪਣੇ ਮਾਪਿਆਂ ਨਾਲ ਸਕੂਲ 'ਚ ਹਾਜ਼ਰ ਹੋਇਆ ਸੀ। ਸਕੂਲ 'ਚ ਹਾਜ਼ਰੀ ਦੇਣ ਸਮੇਂ ਦਾ ਸਾਰਾ ਵਰਤਾਰਾ ਰਜਿੰਦਰ ਦਾ ਇਹ ਸਕੂਲ ਮੁਖੀ ਵੇਖ ਕੇ ਸੋਚ ਰਿਹਾ ਸੀ ਕਿ ਅੱਜ ਦੇ ਜ਼ਮਾਨੇ ਵਿੱਚ ਵੀ ਰਜਿੰਦਰ ਵਰਗੇ ਸਵਰਬਣ ਪੁੱਤ ਹੈਗੇ ਆ। ਨੌਕਰੀ ਕਰਦਿਆਂ ਹਰ ਮਹੀਨੇ ਜਦੋਂ ਵੀ ਤਨਖਾਹ ਰਜਿੰਦਰ ਦੇ ਖਾਤੇ 'ਚ ਆਉਂਦੀ ਤਾਂ ਰਜਿੰਦਰ ਆਪਣੇ ਖਾਤੇ ਵਿੱਚ ਆਉਂਦੀ ਤਨਖਾਹ ਆਪਣੇ ਬਾਪੂ ਦੇ ਹੱਥ ਵਿੱਚ ਧਰਨ ਦੀ ਗੱਲ ਜਦੋਂ ਸਕੂਲ ਮੁਖੀ ਨਾਲ ਕਰਦਾ ਤਾਂ ਉਹ ਡੂੰਘੀ ਸੋਚ 'ਚ ਪੈ ਜਾਂਦਾ। ਇੱਧਰ ਆਪਣੇ ਖਾਤੇ ਵਿੱਚ ਆਉਂਦੀ ਹਰ ਮਹੀਨੇ ਸਰਕਾਰੀ ਤਨਖਾਹ ਬੈਂਕ ਵਿੱਚੋਂ ਕਢਵਾ ਕੇ ਜਦੋਂ ਬਾਪੂ ਦੀ ਤਲੀ ਉੱਤੇ ਧਰਦਾ ਤਾਂ ਉਹਦੇ ਬਾਪੂ ਦੇ ਚਿਹਰੇ ਦੀ ਖੁਸ਼ੀ ਦੇਖਣ ਵਾਲੀ ਹੁੰਦੀ। ਬਾਪੂ ਜੀ ਦੇ ਚਿਹਰੇ ਉੱਤੇ ਖੁਸ਼ੀ ਵੇਖ ਕੇ ਰਜਿੰਦਰ ਜਦੋਂ ਬਾਪੂ ਜੀ ਤੋਂ ਆਪਣੇ ਜੇਬ ਖਰਚ ਲਈ ਮੰਗ ਕਰਦਾ ਤਾਂ ਉਹ ਅਕਸਰ ਕਹਿ ਦਿਆ ਕਰਦੇ, ਪੁੱਤਰਾ ਹੁਣ ਇਹ ਤਨਖਾਹ ਤੂੰ ਆਪ ਵੀ ਘਰ ਵਾਲੀ ਨੂੰ ਦਿਆ ਕਰ, ਹੁਣ ਮੈਨੂੰ ਇਸ ਜ਼ਿੰਮੇਵਾਰੀ ਤੋਂ ਮੁਕਤ ਕਰ ਯਾਰ। ਇਹ ਸਭ ਕੁਝ ਸੁਣ ਕੇ ਅੱਗੋਂ ਰਜਿੰਦਰ ਸਿੰਘ ਦੀ ਘਰ ਵਾਲੀ ਉਹ ਬੋਲਦੀ, ਬਾਪੂ ਜੀ ਭਾਵੇਂ ਸਾਡੇ ਵਿਆਹ ਨੂੰ 5 ਸਾਲ ਹੋ ਗਏ ਪਰ ਮੈਨੂੰ ਤੇ ਰਵਿੰਦਰ ਜੀ ਨੂੰ ਤੁਹਾਡੇ ਹੱਥੋਂ ਹੀ ਜੇਬ ਖਰਚਾ ਲੈਣਾ ਮਨਜ਼ੂਰ ਹੈ, ਕਿਉਂਕਿ ਵੱਡਿਆਂ ਦੁਆਰਾ ਦਿੱਤੇ ਪੈਸਿਆਂ ਵਿੱਚ ਉਹ ਬਰਕਤ ਹੁੰਦੀ ਹੈ ਜਿਹਦੇ 'ਚ ਰੱਬ ਅਸੀਸਾਂ ਦੇਣ ਲਈ ਆਪ ਬੌੜਦਾ। ਇਸ ਲਈ ਭਾਵੇਂ ਮੈਂ ਤੇ ਰਜਿੰਦਰ ਦੋਵੇਂ ਕਮਾਉਂਦੇ ਹਾਂ ਪਰ ਇਸ ਕਮਾਈ ਨੂੰ ਸਾਂਭਣ ਦੇ ਹੱਕਦਾਰ ਤੁਸੀਂ ਹੋ, ਅਸੀਂ ਨਹੀਂ। ਇਹ ਤੁਹਾਡਾ ਆਸ਼ੀਰਵਾਦ ਹੈ ਜਿਸ ਕਰਕੇ ਅਸੀਂ ਕਮਾਉਣ ਜੋਗੇ ਹੋਏ ਹਾਂ। ਆਪਣੀ ਨੂੰਹ ਰਾਣੀ ਦੇ ਮੂੰਹੋਂ ਇਹ ਸਤਿਕਾਰ ਭਰੇ ਸ਼ਬਦ ਸੁਣਨ ਤੋਂ ਮਗਰੋਂ ਰਜਿੰਦਰ ਸਿੰਘ ਦੇ ਬਾਪੂ ਬੜੇ ਖੁਸ਼ ਹੋਇਆ ਕਰਦੇ ਸਨ ਤੇ ਅਕਸਰ ਅਸੀਸਾਂ ਦਿੰਦੇ ਆਖਦੇ, ਰਾਣੋ ਧੀਏ ਧੰਨ ਨੇ ਉਹ ਮਾਪੇ ਜਿਨ੍ਹਾਂ ਤੇਰੇ ਵਰਗੀ ਗੁਣੀ ਧੀ ਸਾਡੇ ਖਾਨਦਾਨ ਦੀ ਨੂੰਹ ਬਣਾਈ। ਰਾਣੋ ਵੀ ਆਪਣੇ ਸਹੁਰੇ ਦੇ ਮੂੰਹੋਂ ਆਪਣੇ ਮਾਪਿਆਂ ਦੀ ਅਸਲ ਤਾਰੀਫ ਦੇ ਬੋਲ ਸੁਣ ਕੇ ਅੰਦਰੋਂ ਅੰਦਰੀ ਰੱਬ ਦਾ ਸ਼ੁਕਰ ਮਨਾਇਆ ਕਰਦੀ ਕਿ ਉਹਨੂੰ ਸਹੁਰਾ ਪਰਿਵਾਰ ਉਹਦੇ ਆਪਣੇ ਮਾਪਿਆਂ ਵਰਗਾ ਮਿਲਿਆ। ਅਸਲ ਵਿੱਚ ਰਜਿੰਦਰ ਸਿੰਘ ਦਾ ਬਾਪੂ ਇਕੱਲਾ ਨੰਬਰਦਾਰ ਹੀ ਨਹੀਂ ਸੀ, ਸਗੋਂ ਦੁਨਿਆਵੀ ਤੌਰ 'ਤੇ ਹਰ ਵਰਗ ਦੇ ਦੁੱਖ ਸੁੱਖ ਨੂੰ ਸਮਝਣ ਵਾਲਾ ਇਖਲਾਕੀ ਬੰਦਾ ਸੀ। ਸਾਰੇ ਪਿੰਡ ਵਿੱਚ ਤਾਂ ਕੀ, ਆਸ ਪਾਸ ਦੇ ਪਿੰਡਾਂ ਵਿੱਚ ਵੀ ਨੰਬਰਦਾਰ ਬਖਤਾਵਰ ਸਿੰਘ ਦੇ ਆਪਣੇ ਵਧੀਆ ਸਲੀਕੇ ਕਰਕੇ ਉਹਦੀ ਬਹੁਤ ਇੱਜ਼ਤ ਸੀ। ਨਾਲ ਦੇ ਪਿੰਡਾਂ ਵਿੱਚੋਂ ਵੀ ਲੋਕ ਸਰਕਾਰੀ ਦਰਬਾਰੇ ਕੰਮਾਂ ਲਈ ਉਹਦੇ ਕੋਲੋਂ ਸਲਾਹ ਮਸ਼ਵਰਾ ਲੈਣ ਅਕਸਰ ਆਉਂਦੇ ਜਾਂਦੇ ਰਹਿੰਦੇ ਸਨ। ਪਰ ਜਦੋਂ ਵੀ ਹਵੇਲੀ ਵਿੱਚ ਨੰਬਰਦਾਰ ਕੋਲ ਕੋਈ ਸੱਜਣ ਕੰਮ ਕਰਵਾਉਣ ਆਉਂਦਾ ਤਾਂ ਅਕਸਰ ਨੰਬਰਦਾਰ ਨੂੰ ਉਹਦੇ ਪੁੱਤ ਤੇ ਨੂੰਹ ਦੀ ਤਾਰੀਫ ਜ਼ਰੂਰ ਕਰਦਾ, ਆਖਦਾ, ਬਈ ਰੱਬ ਨੂੰਹ ਪੁੱਤਰ ਦੇਵੇ ਤਾਂ ਨੰਬਰਦਾਰਾ ਤੇਰੇ ਨੂੰਹ ਪੁੱਤ ਵਰਗੇ ਦੇਵੇ, ਜਿਹੜੇ ਅੱਜ ਦੇ ਜ਼ਮਾਨੇ ਵਿੱਚ ਵੀ ਆਗਿਆਕਾਰੀ ਨੇ। ਇੱਧਰ ਜਦੋਂ ਵੀ ਰਜਿੰਦਰ ਤੇ ਉਹਦੀ ਪਤਨੀ ਰਾਣੋ ਨੇ ਸ਼ਹਿਰੋਂ ਕੁਝ ਖਰੀਦ ਕੇ ਲਿਆਉਣਾ ਹੁੰਦਾ ਤਾਂ ਰਜਿੰਦਰ ਆਪਣੀ ਪਤਨੀ ਦੇ ਸਾਹਮਣੇ ਬਾਪੂ ਜੀ ਉੱਤੇ ਖਰਚ ਵਾਸਤੇ ਪੈਸੇ ਮੰਗਦਾ ਤੇ ਬਾਪੂ ਜੀ ਦੇ ਲਈ ਵੀ ਕੁਝ ਲੋੜੀਂਦੀ ਵਸਤੂ ਲਿਆਉਣ ਲਈ ਪੁੱਛਦਾ ਤਾਂ ਉਹ ਬੜੇ ਠੰਮੇ ਨਾਲ ਉਹਦੇ ਸਵਰਗਵਾਸੀ ਬੇਬੇ ਦੀ ਤਸਵੀਰ ਵੱਲ ਵੇਖ ਕੇ ਅੱਖਾਂ ਭਰਦੇ ਆਖਦੇ, ਪੁੱਤਰਾ ਅੱਜ ਤੇਰੀ ਬੇਬੇ ਜਿਉਂਦੀ ਹੁੰਦੀ ਨਾ ਤਾਂ ਉਹ ਬਾਹਲੀ ਖੁਸ਼ ਹੁੰਦੀ। ਇਹ ਸਭ ਵੇਖ ਕੇ ਪਰ ਅਫਸੋਸ, ਉਹਨੂੰ ਤਾਂ ਰੱਬ ਨੇ ਬਹੁਤ ਪਹਿਲਾਂ ਹੀ ਮੈਥੋਂ ਖੋ ਲਿਆ, ਤੇਰੇ ਵਿਆਹ ਦੇ ਚਾਅ ਉਹਨੇ ਖੂਬ ਮਨਾਉਣੇ ਸੀ। ਬਾਪੂ ਜੀ ਦੀਆਂ ਬੇਬੇ ਨੂੰ ਯਾਦ ਕਰਦਿਆਂ ਰੋਂਦੀਆਂ ਅੱਖਾਂ ਨੂੰ ਪੂੰਝਦਿਆਂ ਰਾਣੋ ਬੋਲੀ, ਬਾਪੂ ਜੀ ਭਾਵੇਂ ਮੈਂ ਆਪਣੀ ਸੱਸ ਨੂੰ ਨਹੀਂ ਵੇਖਿਆ ਪਰ ਇਹ ਤਸਵੀਰ ਇੰਝ ਲੱਗਦੀ ਹੈ ਜਿਵੇਂ ਕਹਿ ਰਹੀ ਹੋਵੇ, ਰਾਣੋ ਧੀਏ ਜੇ ਤੈਨੂੰ ਕੋਈ ਤਕਲੀਫ ਹੋਈ ਨਾ ਤਾਂ ਮੈਨੂੰ ਦੱਸੀ, ਮੈਂ ਤੇਰੇ ਬਾਪੂ ਨੂੰ ਕਹਿ ਦਿੰਦੀ ਹਾਂ ਕਿ ਮੇਰੀ ਧੀ ਰਾਣੋ ਨੂੰ ਕਿਸੇ ਨੇ ਕੁਛ ਕਿਹਾ ਤਾਂ ਮੈਥੋਂ ਕੋਈ ਬੁਰਾ ਨਹੀਂ ਹੋਊ। ਰਾਣੋ ਦੀ ਇਹ ਗੱਲ ਸੁਣ ਕੇ ਬਾਪੂ ਜੀ ਚੁੱਪ ਹੋ ਕੇ ਅਸਮਾਨ ਵੱਲ ਝਾਤ ਮਾਰ ਕੇ ਚੁੱਪ ਹੋ ਜਾਂਦੇ ਤੇ ਕਹਿਣ ਲੱਗੇ, ਧੀਏ ਮੈਨੂੰ ਸਭ ਪਤਾ ਹੈ ਕਿ ਤੂੰ ਤੇ ਰਜਿੰਦਰ ਮੇਰਾ ਇੰਨਾ ਧਿਆਨ ਕਿਉਂ ਰੱਖਦੇ ਹੋ ਤਾਂ ਕਿ ਮੈਨੂੰ ਇਕਲਾਪਾ ਕਦੇ ਵੀ ਮਹਿਸੂਸ ਨਾ ਹੋਵੇ। ਮੈਨੂੰ ਤਾਂ ਰੱਬ ਦੋ ਵਕਤ ਦੀ ਰੁੱਖੀ ਮਿੱਸੀ ਦੇ ਦੇਵੇ, ਸਰੀਰ ਢੱਕਣ ਲਈ ਕੱਪੜਾ ਦੇ ਦੇਵੇ, ਹੋਰ ਕੁਛ ਨਹੀਂ ਚਾਹੀਦਾ। ਇਹ ਸਭ ਸੁਣ ਕੇ ਰਜਿੰਦਰ ਬਾਪੂ ਜੀ ਨੂੰ ਕਹਿੰਦਾ, ਬਾਪੂ ਜੀ ਤੁਸੀਂ ਘਰ ਦੀਆਂ ਜ਼ਿੰਮੇਵਾਰੀਆਂ ਦਾ ਫਿਕਰ ਨਾ ਕਰਿਆ ਕਰੋ, ਆਰਾਮ ਕਰਿਆ ਕਰੋ, ਅਸੀਂ ਸਾਰੀਆਂ ਜ਼ਿੰਮੇਵਾਰੀਆਂ ਆਪੇ ਸਾਂਭ ਲਵਾਂਗੇ, ਤੁਸੀਂ ਚਿੰਤਾ ਨਹੀਂ ਕਰਨੀ, ਬਸ ਐਸ਼ ਕਰੋ, ਤੁਸੀਂ ਸਾਡੇ ਰਾਹ ਦੇ ਸਿਹਰੇ ਬਣ ਕੇ ਸਾਡੇ ਕੰਨ ਮਰੋੜਨੇ ਨਾ ਭੁੱਲਿਓ, ਕਿਉਂਕਿ ਸਾਡੇ ਸਹੀ ਤੁਰਦੇ ਰਹਿਣ ਲਈ ਤੁਹਾਡੀਆਂ ਅੱਖਾਂ ਦੀ ਘੂਰ ਬੜੀ ਲਾਜ਼ਮੀ ਹੈ। ਹਾਂ ਸੱਚ ਬਾਪੂ ਜੀ, ਤੁਹਾਡੀ ਦਵਾਈ ਮੁੱਕਣ ਵਾਲੀ ਹੈ, ਉਹ ਵੀ ਕੁਲਦੀਪ ਦਾ ਡਾਕਟਰ ਤੋਂ ਲੈ ਆਵਾਂਗੇ। ਇਹਨਾਂ ਸ਼ਬਦਾਂ ਨੂੰ ਕਹਿ ਰਜਿੰਦਰ ਤੇ ਉਹਦੀ ਵਹੁਟੀ ਸਕੂਟਰ ਤੇ ਬਹਿ ਕੇ ਸ਼ਹਿਰ ਨੂੰ ਤੁਰ ਗਏ। ਇੱਧਰ ਨੂੰਹ ਪੁੱਤ ਦੇ ਸ਼ਹਿਰ ਜਾਣ ਮਗਰੋਂ ਰਜਿੰਦਰ ਦਾ ਬਾਪੂ ਆਪਣੀ ਘਰਵਾਲੀ ਦੀ ਤਸਵੀਰ ਮੂਹਰੇ ਖਲੋਤਾ ਗੱਲਾਂ ਕਰਦਾ ਬੋਲਿਆ, ਵੀਰੋ ਧੰਨ ਤਾਂ ਤੂੰ ਆ ਜੋ ਜਾਣ ਲੱਗੀ ਮੇਰੀ ਝੋਲੀ ਇੰਨਾ ਆਗਿਆਕਾਰੀ ਪੁੱਤਰ ਰਵਿੰਦਰ ਪਾ ਗਈ। ਮੈਂ ਰੱਬ ਕੋਲੋਂ ਇਹੀ ਮੰਗਦਾ ਕਿ ਹਰ ਜਨਮ 'ਚ ਤੂੰ ਮੇਰੀ ਪਤਨੀ ਹੋਵੇਂ ਤੇ ਰਜਿੰਦਰ ਵਰਗਾ ਆਗਿਆਕਾਰੀ ਪੋਤੀ ਮਿਲੇ। ਆਥਣ ਵੇਲੇ ਜਦੋਂ ਨੰਬਰਦਾਰ ਦੇ ਮੂੰਹ ਪੁੱਤ ਜਦੋਂ ਘਰ ਆਏ ਤਾਂ ਰਜਿੰਦਰ ਦੀ ਪਤਨੀ ਨੇ ਹੱਥ ਵਿੱਚ ਫੜੇ ਲਿਫਾਫੇ ਨੂੰ ਬਾਪੂ ਜੀ ਨੂੰ ਫੜਾਉਂਦਿਆਂ ਕਿਹਾ, ਬਾਪੂ ਜੀ ਆਹ ਤੁਹਾਡੇ ਲਈ ਰੰਗਦਾਰ ਕੁੜਤਾ, ਚਿੱਟੇ ਪਜਾਮੇ ਦਾ ਕੱਪੜਾ ਲਿਆਂਦਾ ਤੇ ਨਾਲ ਹੀ ਮਾਵੇ ਵਾਲੀ ਪੱਗ ਭੂਰੇ ਰੰਗ ਦੀ, ਚਮੜੇ ਦੀ ਕਾਲੀ ਜੁੱਤੀ ਵੀ ਲਿਆਂਦੀ ਹੈ
ਤੁਹਾਡੀ ਦਵਾਈ ਵਾਲਾ ਲਿਫਾਫਾ ਵੀ ਹੈਗਾ। ਨੂੰਹ ਪੁੱਤ ਦੁਆਰਾ ਲਿਆਂਦੇ ਕੱਪੜੇ, ਪੱਗ ਤੇ ਜੁੱਤੀ ਵਾਲਾ ਲਿਫਾਫਾ ਦੇਖ ਕੇ ਬਾਪੂ ਜੀ ਮਨ ਹੀ ਮਨ ਖੁਸ਼ ਹੋਏ। ਇਸ ਤੋਂ ਬਾਅਦ ਰਜਿੰਦਰ ਬਾਪੂ ਜੀ ਨੂੰ ਬੋਲਿਆ, ਬਾਪੂ ਜੀ ਅੱਜ ਹੀ ਆਪਣੇ ਪਿੰਡ ਵਾਲੇ ਗੁਰਮ ਸਿੰਘ ਦਰਜੀ ਕੋਲ ਜਾਣਾ, ਕੁੜਤੇ ਪਜਾਮੇ ਦਾ ਮੇਚਾ ਦਿਓ ਤੇ ਸਵਾ ਕੇ ਪਾਓ। ਜੇ ਤੁਹਾਡੀ ਟੌਹਰ ਨਹੀਂ ਨਾ ਤੇ ਸਾਡੀ ਟੌਹਰ ਕੀ ਕਰੂ? ਪੈਰ 'ਚ ਸੋਹਣੀ ਜੁੱਤੀ ਨਾ ਪਾਈ ਹੋਵੇ ਤੇ ਜੁੱਤੀ ਚੂੰ ਚੂੰ ਨਾ ਕਰਦੀ ਹੋਵੇ, ਕੌਣ ਕਹੇ ਕਿ ਨੰਬਰਦਾਰ ਬਖਤਾਵਰ ਸਿੰਘ ਤੁਰਿਆ ਜਾਂਦਾ? ਪੁੱਤਰ ਦੇ ਮੂੰਹੋਂ ਚਾਹ ਭਰੀਆਂ ਗੱਲਾਂ ਸੁਣ ਕੇ ਬਾਪੂ ਦੀਆਂ ਅੱਖਾਂ 'ਚ ਹੰਝੂ ਆ ਗਏ। ਖੁਸ਼ੀ ਨਾਲ ਅੱਖਾਂ ਵਿੱਚ ਹੰਝੂ ਲਿਆ ਬਾਪੂ ਬੋਲਿਆ, ਪੁੱਤਰਾ ਤੇਰੇ ਵਰਗਾ ਪੋਤਰਾ ਬਾਹਰ ਜਨਮ 'ਚ ਸਾਰਿਆਂ ਨੂੰ ਦੇਵੇ। ਬਾਪੂ ਦੀਆਂ ਅੱਖਾਂ ਪੂੰਝਦਾ ਰਜਿੰਦਰ ਬੋਲਿਆ, ਬਾਪੂ ਜੀ ਅੱਜ ਮੈਂ ਜੋ ਵੀ ਹਾਂ ਸਿਰਫ ਤੁਹਾਡੇ ਕਰਕੇ ਹਾਂ। ਬੇਬੇ ਮਗਰੋਂ ਤੁਸੀਂ ਹੀ ਮੈਨੂੰ ਮਾਂ ਤੇ ਬਾਪ ਬਣ ਕੇ ਪਾਲਿਆ, ਸਾਂਭਿਆ, ਪੜ੍ਹਾਇਆ ਤੇ ਲਿਖਾਇਆ। ਜੇਕਰ ਤੁਸੀਂ ਮੈਨੂੰ ਸਹੀ ਰਸਤਾ ਨਾ ਦਿਖਾਇਆ ਹੁੰਦਾ ਤਾਂ ਮੈਂ ਵੀ ਨਸ਼ੇ ਦੀ ਦਲਦਲ 'ਚ ਫਸ ਕੇ ਜਾਂ ਹੱਥ 'ਚ ਹਥਿਆਰ ਫੜ ਕੇ ਖਾਨਦਾਨ ਦੀ ਬਦਨਾਮੀ ਕਰਾਉਣ 'ਚ ਕੋਈ ਕਸਰ ਨਾ ਛੱਡਣੀ, ਜਾਂ ਕਰਾਹੇ ਪੈ ਕੇ ਜਿਉਂਦੇ ਜੀ ਜਿਉਂਦੀ ਲਾਸ਼ ਬਣ ਕੇ ਜਿਉਂਦਾ ਹੁੰਦਾ, ਅੰਤ ਨੂੰ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਕੇ ਜਾਨੋਂ ਤੁਰ ਜਾਂਦਾ। ਮੈਂ ਜਿੰਨੇ ਮਰਜ਼ੀ ਜਨਮ ਲੈ ਲਵਾਂ ਪਰ ਤੁਹਾਡੀ ਮਿਹਨਤ ਦਾ ਮੁੱਲ ਨਹੀਂ ਮੋੜ ਸਕਦਾ। ਰਜਿੰਦਰ ਤੇ ਬਾਪੂ ਦੀਆਂ ਭਾਵਕ ਗੱਲਾਂ ਸੁਣ ਕੇ ਰਾਣੋ ਬੋਲੀ, ਬਾਪੂ ਜੀ ਤੁਸੀਂ ਸਾਡੀ ਸ਼ਾਨ ਹੋ, ਤੁਹਾਡੀਆਂ ਅੱਖਾਂ ਵਿੱਚ ਹੰਝੂ ਬਿਲਕੁਲ ਨਹੀਂ ਜੱਚਦੇ। ਮੈਨੂੰ ਉਹ ਦਿਨ ਯਾਦ ਹੈ ਜਦੋਂ ਮੈਂ ਇਸ ਘਰ 'ਚ ਆਪਣੇ ਬਾਪੂ ਦੇ ਵਿਹੜੇ ਤੋਂ ਡੋਲੀ ਵਿੱਚ ਬਹਿ ਕੇ ਆਉਣਾ ਸੀ ਤੇ ਤੁਸੀਂ ਮੇਰੇ ਬਾਪੂ ਜੀ ਕੋਲ ਝੋੜੀ ਅੱਡੀ ਇਹੀ ਕਿਹਾ ਸੀ, ਸਰਦਾਰ ਨਿਰੰਜਣ ਸਿੰਘ ਜੀ ਅੱਜ ਤੋਂ ਇਹ ਤੁਹਾਡੀ ਧੀ ਨਹੀਂ ਬਲਕਿ ਮੇਰੇ ਘਰ ਵਿੱਚ ਚਾਨਣ ਫੈਲਾਉਣ ਵਾਲੀ ਨੂੰਹ ਦੇ ਰੂਪ ਵਿੱਚ ਮੇਰੀ ਧੀ ਹੋਊਗੀ। ਆਪਣੀ ਨੂੰਹ ਦੇ ਮੂੰਹੋਂ ਇਹ ਸ਼ਬਦ ਸੁਣਦਿਆਂ ਬਾਪੂ ਫਿਰ ਭਾਵਕ ਹੁੰਦਿਆਂ ਬੋਲਿਆ, ਧੀਏ ਧੰਨ ਉਹ ਮਾਪੇ ਜਿਨ੍ਹਾਂ ਤੇਰੇ ਵਰਗੀ ਧੀ ਸਾਡੀ ਝੋਲੀ ਪਾਈ। ਬਾਪੂ ਦੇ ਬੋਲ ਸੁਣ ਕੇ ਰਾਣੋ ਬੋਲੀ, ਬਾਪੂ ਜੀ ਇਸ ਉਮਰੇ ਤੁਹਾਡੀਆਂ ਅੱਖਾਂ 'ਚੋਂ ਹੰਝੂ ਵਗਦੇ ਚੰਗੇ ਨਹੀਂ ਲੱਗਦੇ, ਤੁਹਾਡੀ ਉਮਰ ਆਰਾਮ ਕਰਨ ਦੀ ਹੈ, ਨਾਮ ਕੇ ਭਾਵਕ ਹੁੰਦਿਆਂ ਹੰਝੂ ਪਾਉਣ ਦੀ ਐਵੇਂ ਨਾ ਬਾਹਲਾ ਸੋਚਿਆ ਕਰੋ। ਗੱਲਾਂ ਕਰਦਿਆਂ ਪਤਾ ਹੀ ਨਾ ਲੱਗਿਆ ਕਿ ਕਦੋਂ ਆਥਣ ਦਾ ਵੇਲਾ ਹੋ ਗਿਆ ਤੇ ਵਹਿੰਦਿਆਂ ਵਹਿੰਦਿਆਂ ਅਸਮਾਨ 'ਚ ਲਸ਼ਕੋਰਾਂ ਮਾਰਦੇ ਤਾਰੇ ਅਸਮਾਨ ਦੇ ਵਿੱਚ ਇੱਧਰ ਉੱਧਰ ਭਾਈਦੇ ਨਜ਼ਰ ਆਏ। ਅਜਿਹਾ ਕੁਦਰਤੀ ਨਜ਼ਾਰਾ ਵੇਖ ਕੇ ਬਾਪੂ ਜੀ, ਰਜਿੰਦਰ ਤੇ ਰਾਣੋ ਨਿੰਮਾ ਜਿਹਾ ਮਸਕਾਉਂਦੇ ਪ੍ਰੀਤ ਹੋਏ। ਰੋਟੀ ਖਾਣ ਮਗਰੋਂ ਵਿਹੜੇ ਵਿੱਚ ਹੀ ਬਾਪੂ ਜੀ ਦੇ ਨਾਲ ਨਾਲ ਰਜਿੰਦਰ ਤੇ ਰਾਣੋ ਵੀ ਮੰਜਾ ਡਾਹ ਕੇ ਲੇਟਦਿਆਂ ਦੁੱਖ ਸੁੱਖ ਸਾਂਝੇ ਕਰਨ ਲੱਗੇ ਤੇ ਗੱਲਾਂ ਕਰਦਿਆਂ ਪਤਾ ਹੀ ਨਹੀਂ ਲੱਗਿਆ ਕਦੋਂ ਤਿੰਨਾਂ ਦੀ ਅੱਖ ਲੱਗ ਗਈ। ਅਗਲੇ ਦਿਨ ਸਵੇਰੇ ਹੀ ਕੁੱਕੜ ਦੀ ਵਾਂਗ ਸੌਣ ਕਰਕੇ ਰਜਿੰਦਰ ਤੇ ਰਾਣੋ ਨੀਂਦਰ ਤੋਂ ਉੱਠ ਕੇ ਬਹਿ ਗਏ, ਪਰ ਬਾਪੂ ਜੀ ਉਵੇਂ ਹੀ ਮੰਜੇ ਤੇ ਲੇਟੇ ਰਹੇ। ਇੱਧਰ ਬਾਪੂ ਜੀ ਨੂੰ ਪਰੇਸ਼ਾਨ ਨਾ ਕਰਨ ਬਾਰੇ ਸੋਚ ਕੇ ਉਹਨਾਂ ਨੂੰ ਸੁੱਤੇ ਰਹਿੰਦਿਆਂ ਛੱਡ ਕੇ ਰਜਿੰਦਰ ਤੇ ਰਾਣੋ ਚੁੱਪ ਚਾਪ ਘਰ ਦੇ ਕੰਮਾਂ ਕਾਰਾਂ 'ਚ ਜੁੱਟ ਗਏ। ਲਗਭਗ 1-1.5 ਘੰਟੇ ਬਾਅਦ ਜਦ ਬਾਪੂ ਜੀ ਨੂੰ ਚਾਹ ਪੀਣ ਲਈ ਰਾਣੋ ਨੇ ਆਵਾਜ਼ ਮਾਰੀ ਤਾਂ ਬਾਪੂ ਜੀ ਉੱਠੇ ਨਾ। ਬਾਪੂ ਜੀ ਨੂੰ ਇਸ ਤਰ੍ਹਾਂ ਆਵਾਜ਼ ਦੇਣ ਤੇ ਨਾ ਉੱਠੇ ਜਾਣ ਕਰਕੇ ਰਜਿੰਦਰ ਤੇ ਰਾਣੋ ਘਬਰਾ ਗਏ, ਕਿਉਂਕਿ ਉਹ ਤਾਂ ਕਦੇ ਪੈਰ ਦੇ ਖੜਕੇ ਨਾਲ ਉੱਠਣ ਵਾਲੇ ਇਨਸਾਨ ਸਨ ਤੇ ਆਵਾਜ਼ ਮਾਰਨ ਤੇ ਵੀ ਨਾ ਉੱਠਣਾ ਕਿਸੇ ਅਣਹੋਣੀ ਗੱਲ ਦਾ ਖਤਰਾ ਲੱਗ ਰਿਹਾ ਸੀ। ਸ਼ਾਇਦ ਕਿਸੇ ਅਣਹੋਣੀ ਦੇ ਖੌਫ ਕਾਰਨ ਅਚਾਨਕ ਮੱਚੀ ਇਸ ਹਫੜਾ ਦਫੜੀ ਵਿੱਚ ਪਿੰਡ ਦਾ ਇੱਕ ਸਿਆਣਾ ਡਾਕਟਰ ਹਰਨਾਮ ਸਿੰਘ ਸੱਦਿਆ ਗਿਆ। ਹਰਨਾਮ ਸਿੰਘ ਨੇ ਬਾਪੂ ਦੀ ਨਬਜ਼ ਦੇਖ ਕੇ ਮਯੂਸ ਹੋ ਕੇ ਆਖਿਆ, ਰਜਿੰਦਰ ਪੁੱਤ ਤੇਰਾ ਬਾਪੂ ਤੇਰੀ ਬੇਬੇ ਕੋਲ ਪੱਕੇ ਤੌਰ 'ਤੇ ਡਾਰੀ ਮਾਰ ਗਿਆ। ਡਾਕਟਰ ਹਰਨਾਮ ਸਿੰਘ ਦੇ ਮੂੰਹੋਂ ਅਚਾਨਕ ਨਿਕਲੇ ਇਹਨਾਂ ਸ਼ਬਦਾਂ ਨੇ ਵਿਹੜੇ ਵਿੱਚ ਚੀਖ ਚਿਹਾੜਾ ਪਾ ਦਿੱਤਾ। ਰਜਿੰਦਰ ਤੇ ਰਾਣੋ ਦਹਾੜਾ ਮਾਰ ਮਾਰ ਉੱਚੀ ਰੋਣ ਲੱਗੇ। ਬਾਪੂ ਜੀ ਦੀ ਇਸ ਬੇਵਕਤੀ ਮੌਤ ਦੀ ਖਬਰ ਜਿਵੇਂ ਪਿੰਡ ਦੀਆਂ ਬਰੂਹਾਂ ਤਾਈਂ ਪਹੁੰਚੀ ਤਾਂ ਇੰਝ ਲੱਗਿਆ ਜਿਵੇਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਹੋਵੇ। ਘਰ ਵਿੱਚ ਭੀੜ ਹੋਣੀ ਸ਼ੁਰੂ ਹੋ ਗਈ। ਇੱਧਰ ਰਜਿੰਦਰ ਦੁਆਰਾ ਬਾਪੂ ਜੀ ਦੀ ਮੌਤ ਬਾਰੇ ਆਪਣੇ ਸਕੂਲ ਮੁਖੀ ਨੂੰ ਵੀ ਸੂਚਨਾ ਦਿੱਤੀ ਗਈ ਤੇ ਕੁਝ ਚਿਰ ਬਾਅਦ ਸਕੂਲ ਮੁਖੀ ਵੀ ਆਪਣੇ ਸਕੂਲ ਦੇ ਅਧਿਆਪਕ ਸਾਥੀਆਂ ਨਾਲ ਅਫਸੋਸ ਕਰਨ ਲਈ ਪੁੱਜ ਗਈ। ਜਿਵੇਂ ਹੀ ਬਾਪੂ ਜੀ ਦੀ ਦੇਹ ਨੂੰ ਇਸ਼ਨਾਨ ਕਰਵਾਉਣ ਲਈ ਤਿਆਰੀ ਹੋਣ ਲੱਗੀ ਤਾਂ ਅਚਾਨਕ ਉਹਨਾਂ ਦੀ ਜੇਬ ਵਿੱਚੋਂ ਹਰੇ ਰੰਗ ਦਾ ਬਟੂਆ ਧਰਤੀ ਤੇ ਡਿੱਗ ਪਿਆ, ਜਿਸ ਵਿੱਚੋਂ ਰਜਿੰਦਰ ਦੇ ਬਾਪੂ ਬੇਬੇ ਦੀ ਤਸਵੀਰ ਵੀ ਡਿੱਗ ਪਈ। ਜਦੋਂ ਹਰਜੀਤ ਤੇ ਸਰਪੰਚ ਨੇ ਰਜਿੰਦਰ ਨੂੰ ਬਾਪੂ ਦਾ ਬਟੂਆ ਫੜਾਇਆ ਤਾਂ ਰਜਿੰਦਰ ਬਟੂਆ ਹੱਥ ਵਿੱਚ ਧਰਤੀ ਤੇ ਡਿੱਗੀ ਬੇਬੇ ਬਾਪੂ ਦੀ ਤਸਵੀਰ ਨੂੰ ਫੜ ਤਾਂ ਹਮਾਰ ਰੋਂਦਿਆਂ ਆਖਣ ਲੱਗਿਆ, ਬਾਪੂ ਵਾਪਸ ਆ ਜਾ, ਪਹਿਲਾਂ ਬੇਬੇ ਛੱਡ ਗਈ ਤੇ ਅੱਜ ਤੂੰ ਬੇੜਾ ਸੁੰਨਾ ਕਰ ਚੱਲਿਆ, ਆਹ ਵੇਖ ਸਾਰਾ ਪਿੰਡ ਤੈਨੂੰ ਬਾਜਾ ਮਾਰ ਰਿਹਾ। ਰਜਿੰਦਰ ਨੂੰ ਰੋਂਦਿਆਂ ਰਾਣੋ ਵੀ ਉੱਚੀ ਉੱਚੀ ਧਾਹਾਂ ਮਾਰਦਿਆਂ ਬੋਲੀ, ਬਾਪੂ ਸਾਨੂੰ ਅੱਜ ਚੁੱਪ ਚਾਪ ਇਕੱਲਿਆਂ ਛੱਡ ਕੇ ਕਿਹੜੇ ਅਣਜਾਣ ਰਾਹਾਂ ਤੇ ਤੁਰ ਗਿਆ, ਲੱਗਦਾ ਤੈਨੂੰ ਮੇਰੀ ਆਵਾਜ਼ ਸੁਣਾਈ ਨਹੀਂ ਦਿੰਦੀ ਜੋ ਉੱਠਣ ਦਾ ਨਾਂ ਨਹੀਂ ਲੈਂਦਾ, ਸਾਨੂੰ ਕਿਹਦੇ ਸਹਾਰੇ ਛੱਡ ਗਿਆ ਤੂੰ। ਇਸ ਗਮਗੀਨ ਮਾਹੌਲ ਵਿੱਚ ਸਾਰਿਆਂ ਦੀਆਂ ਅੱਖਾਂ ਵਿੱਚੋਂ ਬਾਪੂ ਦੀਆਂ ਗੱਲਾਂ ਚੇਤੇ ਕਰਦਿਆਂ ਵਹਿ ਰਹੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ, ਕਿਉਂਕਿ ਰਜਿੰਦਰ ਦਾ ਬਾਪੂ ਹਰ ਕਿਸੇ ਦੇ ਦੁੱਖ ਵਿੱਚ ਕੰਮ ਆਉਂਦਿਆਂ
ਸਾਂਝਾ ਪਗਾਉਣ ਵਾਲਾ ਹੋਣ ਦੇ ਨਾਲ ਨਾਲ ਕਹਿਣੀ ਤੇ ਕਰਨੀ ਦਾ ਇੱਕ ਸਮਾਨ ਕਰਨ ਵਾਲਾ ਅਣਖੀ ਤੇ ਇੱਜ਼ਤ ਦਾ ਸਾਂਝਾ ਬੰਦਾ ਸੀ। ਅੱਜ ਬਾਪੂ ਦੀਆਂ ਸਿਫਤਾਂ ਕਰਦਿਆਂ ਮੌਕੇ ਤੇ ਮੌਜੂਦ ਹਜੂਮ ਦੀ ਜ਼ਬਾਨ ਨਹੀਂ ਥੱਕਦੀ ਸੀ। ਅੱਜ ਭਾਵੇਂ ਬਾਪੂ ਨੂੰ ਜਹਾਨੋਂ ਰੁਖਸਤ ਹੋਇਆਂ ਲਗਭਗ ਕਾਫੀ ਲੰਮਾ ਅਰਸਾ ਹੋ ਗਿਆ ਸੀ, ਪਰ ਰਜਿੰਦਰ ਨੇ ਬਾਪੂ ਵਾਲਾ ਹਰੇ ਰੰਗ ਦਾ ਬਟੂਆ ਅਜੇ ਵੀ ਸੰਭਾਲ ਕੇ ਰੱਖਿਆ ਹੋਇਆ ਸੀ, ਕਿਉਂਕਿ ਉਹਦਾ ਵਿਸ਼ਵਾਸ ਸੀ ਕਿ ਅੱਜ ਵੀ ਉਹਦਾ ਬਾਪੂ ਇਸੇ ਬਟੂਏ ਵਿੱਚੋਂ ਹੀ ਉਹਨੂੰ ਖਰਚਣ ਵਾਸਤੇ ਨੋਟ ਕੱਢ ਕੇ ਪੜਾਉਂਦਾ ਤਾਂ ਉਸ ਨੂੰ ਉਹ ਚੜ੍ਹ ਚੜ੍ਹਦਾ ਜਿਸ ਨੂੰ ਪੈਸੇ ਦੇ ਢੇਰ ਦੇ ਕੇ ਵੀ ਖਰੀਦਿਆ ਨਹੀਂ ਜਾ ਸਕਦਾ। ਅੱਜ ਭਾਵੇਂ ਉਹਦੇ ਕੋਲ ਬੇਬੇ ਤੇ ਬਾਪੂ ਨਹੀਂ, ਪਰ ਇਸ ਬਟੂਏ ਕਰਕੇ ਹੀ ਅੱਜ ਵੀ ਉਹਦੇ ਘਰ ਵਿੱਚ ਜੋ ਬਰਕਤਾਂ ਦਰਸਾਉਂਦੀਆਂ ਖੁਸ਼ੀਆਂ ਨੇ ਇਸੇ ਬਟੂਏ ਕਰਕੇ ਹੀ ਨੇ। ਇਸੇ ਕਰਕੇ ਉਹ ਇਸ ਬਟੂਏ ਨੂੰ ਰੋਜ਼ ਬਾਹਰਲੀ ਬੈਠਕ ਵਿੱਚ ਅਲਮਾਰੀ ਵਿੱਚ ਰੱਖੇ ਸੰਦੂਕ ਵਿੱਚ ਸਾਂਭ ਕੇ ਰੱਖਦਿਆਂ ਨਜ਼ਰਾਂ ਸਾਹਮਣੇ ਰੱਖਦਾ ਤੇ ਕਈ ਵਾਰ ਇਸੇ ਬਟੂਏ ਨੂੰ ਬੈਠਕ ਵਿੱਚ ਡਾਹੇ ਮੇਜ਼ ਉੱਤੇ ਰੱਖ ਕੇ ਲੰਮਾ ਸਮਾਂ ਵੇਖਦਾ ਰਹਿੰਦਾ, ਕਿਉਂਕਿ ਇਸ ਬਟੂਏ ਵਿੱਚੋਂ ਹਰ ਵਕਤ ਉਹਨੂੰ ਬੇਬੇ ਤੇ ਬਾਪੂ ਦੀ ਸਾਂਭ ਕੇ ਰੱਖੀ ਫੋਟੋ ਨਜ਼ਰ ਆਉਂਦੀ ਰਹਿੰਦੀ ਹੈ ਤੇ ਇਹੀ ਕਹਿੰਦੀ ਪ੍ਰਤੀਤ ਹੁੰਦੀ ਹੈ, ਪੁੱਤ ਅਸੀਂ ਭਾਵੇਂ ਤੇਰੇ ਕੋਲ ਨਾ ਹੋ ਕੇ ਲੰਮੀਆਂ ਬਾਟਾਂ ਦੇ ਪਾਂਧੀ ਹੁੰਦਿਆਂ ਦੂਰ ਦੁਰਾਡੇ ਰਹਿੰਦੇ ਹਾਂ, ਪਰ ਸਾਡਾ ਆਸ਼ੀਰਵਾਦ ਸਦਾ ਤੇਰੇ ਤੇ ਤੇਰੀ ਰਾਣੋ ਦੇ ਨਾਲ ਹੈ। ਰਜਿੰਦਰ ਨੂੰ ਇਸ ਬਟੂਏ ਵਿੱਚੋਂ ਪਤਾ ਨਹੀਂ ਕਿਹੜਾ ਅਹਿਸਾਸ ਨਜ਼ਰ ਆਉਂਦਾ, ਜਿਹੜਾ ਹਮੇਸ਼ਾ ਉਹਦਾ ਧਿਆਨ ਆਪਣੇ ਵੱਲ ਕਰਦਾ ਰਹਿੰਦਾ ਤੇ ਬੜਾ ਕੁਝ ਉਸ ਗੱਲ ਬਾਰੇ ਸਮਝਾਉਣ ਦਾ ਯਤਨ ਕਰਦਾ ਜਿਸ ਨੂੰ ਸਿਰਫ ਰਜਿੰਦਰ ਹੀ ਸਮਝ ਸਕਦਾ ਸੀ। ਅੱਜ ਵੀ ਜਦੋਂ ਰਜਿੰਦਰ ਦੇ ਸਕੂਲ ਦਾ ਮੁਖੀ ਰਜਿੰਦਰ ਕੋਲ ਸਾਂਭੇ ਉਸ ਹਰੇ ਰੰਗ ਦੇ ਬਟੂਏ ਬਾਰੇ ਸੋਚਦਾ ਤਾਂ ਉਹ ਵੀ ਆਪਣੇ ਮਾਪਿਆਂ ਦੀ ਯਾਦ ਨੂੰ ਸਮਰਪਿਤ ਕਰਦੀਆਂ ਵਸਤਾਂ ਨੂੰ ਇਕੱਠਿਆਂ ਕਰਕੇ ਰਜਿੰਦਰ ਵਾਂਗੂ ਆਪਣੇ ਕੋਲ ਯਾਦਾਂ ਸਾਂਭਣ ਦਾ ਯਤਨ ਕਰਦਾ ਤੇ ਕਦੇ ਕਦਾਈ ਉਹਨਾਂ ਨਾਲ ਗੱਲਾਂ ਕਰਦਿਆਂ ਰਜਿੰਦਰ ਦੇ ਕੋਲ ਸਾਂਭੇ ਬਟੂਏ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰਦਾ।